ਸਤਿ ਸ਼੍ਰੀ ਅਕਾਲ ਪਾਕਿਸਤਾਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਇਹ ਗੁਰਦੁਆਰਾ ਸਾਹਿਬ ਦੀ ਇੱਕ ਖਾਸ ਅਹਿਮੀਅਤ ਹਾਸਲ ਹੈ ਜੀ ਕਿਉਂਕਿ ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਬਿਲਕੁਲ ਕੰਢੇ ਤੇ ਹੈ ਇਹ ਗੁਰਦੁਆਰਾ ਸਾਹਿਬ ਜ਼ਿਲ੍ਹਾ ਅਟਕ ਦੇ ਵਿੱਚ ਹੈ ਔਰ ਜ਼ਿਲ੍ਹਾ ਅਟਕ ਦਾ ਪੁਰਾਣਾ ਨਾਮ ਕੈਮਲਪੁਰ ਸੀ ਔਰ ਕੈਮਲਪੁਰ ਦੇ ਨਾਲ ਸਿੱਖਾਂ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਸੋ ਆਓ ਅਸੀਂ ਨਾ ਸਿਰਫ ਤੁਹਾਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਬਲਕਿ ਇੱਥੇ ਮੌਜੂਦ ਚਸ਼ਮਾ ਸਾਹਿਬ ਵੀ ਵੇਖਾਂਗੇ ਇੱਥੇ ਦਾ ਇਤਿਹਾਸ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਦੇ ਨਾਲ ਅਸੀਂ ਤੁਹਾਨੂੰ ਪਹਾੜੀ ਦੇ ਸ਼ਿਖਰ ਤੇ ਚੋਟੀ ਤੇ ਮੌਜੂਦ ਜਿਹੜੀ ਬੈਠਕ ਹੈ ਵਲੀ ਕੰਧਾਰੀ ਦੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਆਓ ਅੱਜ ਦੇ ਸਫ਼ਰ ਦਾ ਆਗਾਜ਼ ਕਰਦੇ ਹਾਂ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਨਿਕਲਦੇ ਹਾਂ ਔਰ ਪੰਜੇ ਵੱਲ ਜਾਂਦੇ ਹਾਂ ਚਸ਼ਮੇ ਵੱਲ ਜਾਂਦੇ ਹਾਂ ਤਾਂ ਸਾਨੂੰ ਗੁਰਦੁਆਰਾ ਸਾਹਿਬ ਦੇ ਆਲ ਦੁਆਲ ਦੇ ਵਿੱਚ ਬਹੁਤ ਸਾਰੀਆਂ ਸੰਗੇ ਮਰਮਰ 'ਤੇ ਲੱਗੀਆਂ ਤਖਤੀਆਂ ਮਿਲਦੀਆਂ ਹਨ ਜਿਨ੍ਹਾਂ ਉੱਪਰ ਉਹਨਾਂ ਸਿੱਖਾਂ ਦੇ ਨਾਮ ਦਰਜ ਹਨ ਜਿਨ੍ਹਾਂ ਨੇ ਅੱਜ ਤੋਂ 125 ਸਾਲ ਪਹਿਲੇ ਇਸ ਗੁਰਦੁਆਰਾ ਸਾਹਿਬ ਨੂੰ ਬਣਾਇਆ ਔਰ ਤੁਸੀਂ ਬਆਸਾਨੀ ਇਹਨਾਂ ਤਖਤੀਆਂ ਨੂੰ ਪੜ੍ਹ ਕੇ ਵੇਖ ਸਕਦੇ ਹੋ ਕਿ ਇਹ ਉਹ ਲੋਕ ਸਨ ਜੋ ਪੰਜਾ ਸਾਹਿਬ ਦੇ ਆਲ ਦੁਆਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਲੋਕ ਰਹਿੰਦੇ ਸਨ ਲੇਕਿਨ 1947 ਦੀ ਵੰਡ ਵੇਲੇ ਇਹਨਾਂ ਨੂੰ ਨਾ ਸਿਰਫ ਆਪਣੇ ਘਰ ਬਾਰ ਛੱਡਣੇ ਪਏ ਬਲਕਿ ਗੁਰਦੁਆਰਾ ਪੰਜਾ ਸਾਹਿਬ ਵੀ ਉਹਨਾਂ ਨੂੰ ਛੱਡਣਾ ਪਿਆ
ਤੁਸੀਂ ਮੇਰੀ ਬੈਕ ਸਾਈਡ ਤੇ ਵੇਖ ਸਕਦੇ ਹੋ ਉਹ ਚਸ਼ਮਾ ਔਰ ਕੁਦਰਤ ਦਾ ਨਿਜ਼ਾਮ ਵੀ ਤੁਸੀਂ ਵੇਖ ਸਕਦੇ ਹੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੰਜਾ ਲੱਗਾ ਹੋਇਆ ਹੈ ਔਰ ਉਹਦੇ ਥੱਲੋਂ ਜਿਹੜਾ ਹੈ ਪਾਣੀ ਦਾ ਚਸ਼ਮਾ ਫੁੱਟਿਆ ਹੋਇਆ ਹੈ ਔਰ ਪਾਣੀ ਜਿਹੜਾ ਹੈ ਉਹ ਇੱਥੇ ਮੌਜੂਦ ਹੈ। ਬਹੁਤ ਸਾਰੇ ਲੋਕ ਜਿਹੜੇ ਇੱਥੋਂ ਦੇ ਵਸਿੰਦੇ ਨੇ ਉਹ ਇਹ ਸੋਚਦੇ ਨੇ, ਉਹਨਾਂ ਦਾ ਇਹ ਖਿਆਲ ਹੈ ਕਿ ਸਿੱਖ ਧਰਮ ਦੇ ਵਿੱਚ ਇਸ ਪੰਜੇ ਨੂੰ ਮੰਨਣਾ ਜਾਂ ਇੱਥੇ ਜਿਹੜਾ ਹੈ ਇਸ਼ਨਾਨ ਕਰਨ ਦੇ ਨਾਲ ਉਹਨਾਂ ਦੇ ਗੁਨਾਹ ਖਤਮ ਹੋ ਜਾਂਦੇ ਨੇ, ਐਸੀ ਕੋਈ ਗੱਲ ਨਹੀਂ ਹੈ। ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਾਨੂੰ ਗੁਰਬਾਣੀ ਦੇ ਲੜ ਲਾਇਆ ਹੈ, ਸਾਨੂੰ ਇੱਕ ਓਂਕਾਰ ਦੇ ਲੜ ਲਾਇਆ ਹੈ, ਇੱਕ ਪਰਮਾਤਮਾ ਦੇ ਲੜ ਲਾਇਆ ਹੈ ਜੋ ਇੱਕ ਹੈ, ਜੋ ਸਾਰਿਆਂ ਨੂੰ ਪੈਦਾ ਕਰਦਾ ਹੈ ਔਰ ਅਸੀਂ ਵੀ ਉਹਨੂੰ ਮੰਨਣ ਵਾਲੇ ਹਾਂ। ਔਰ ਇਹਦੇ ਵਾਸਤੇ ਜਿਸ ਤਰ੍ਹਾਂ ਆਪਾਂ ਅੰਦਰ ਦਰਸ਼ਨ ਕੀਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਮੰਨਦੇ ਹਾਂ। ਲੇਕਿਨ ਇਹੋ ਜਿਹੀ ਥਾਵਾਂ 'ਤੇ ਆਉਣਾ ਔਰ ਇਹਨਾਂ ਨੂੰ ਵੇਖਣਾ, ਸਾਨੂੰ ਇਸ ਜਗ੍ਹਾ 'ਤੇ ਆ ਕੇ ਇੱਕ ਰੂਹਾਨੀ ਸਕੂਨ ਮਿਲਦਾ ਹੈ। ਸੋ ਆਓ ਇਸ ਪੰਜਾ ਸਾਹਿਬ ਦੇ ਕਰੀਬ ਤੋਂ ਵੀ ਦਰਸ਼ਨ ਕਰਦੇ ਹਾਂ ਅਤੇ ਨਾਲ ਦੇ ਨਾਲ ਇੱਥੇ ਦੇ ਹੈੱਡ ਗ੍ਰੰਥੀ ਸਾਹਿਬ ਨਾਲ ਵੀ ਇੱਥੇ ਦੀ ਇਤਿਹਾਸ ਬਾਰੇ ਵਿਚਾਰ ਵਟਾਂਦਰਾ ਕਰਦੇ ਹਾਂ। ਇਸ ਵੇਲੇ ਜੀ ਸਾਡੇ ਨਾਲ ਮੌਜੂਦ ਹਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ। ਮੈਂ ਦੱਸਦਾ ਜਾਵਾਂ ਕਿ ਇਹਨਾਂ ਦਾ ਨਾਮ ਹੈ ਕੁਲਵੀਰ ਸਿੰਘ ਔਰ ਇਹਨਾਂ ਨੂੰ ਵੀ ਕਾਫੀ ਟਾਈਮ ਹੋ ਗਿਆ ਇੱਥੇ ਸੇਵਾ ਕਰਦੇ ਹਾਂ ਔਰ ਇਹਨਾਂ ਦੇ ਪਿਤਾ ਜੀ ਵੀ ਇਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਸੀ। ਸੋ ਦੋ ਪੀੜ੍ਹੀਆਂ, ਕਿੰਨੀ ਕੁ ਖੂਬਸੂਰਤ ਗੱਲ ਹੈ ਕਿ ਦੋ ਪੀੜ੍ਹੀਆਂ ਇੱਥੇ ਸੇਵਾ ਕਰਦੇ ਕਰਦੇ ਗੁਜ਼ਾਰ ਗਏ। ਸੋ ਆਓ ਇਹਨਾਂ ਕੋਲ ਬਹੁਤ ਸਾਰੀਆਂ ਗੱਲਾਂ ਪੁੱਛਾਂਗੇ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਰਹਿ ਗਏ ਸਨ ਔਰ ਕਿੰਨੀ ਕੁ ਕਮਿਊਨਿਟੀ ਜਿਹੜੀ ਹੈ ਸਿੱਖ ਕਮਿਊਨਿਟੀ ਸਾਡੀ ਕਿੰਨੀ ਕੁ ਇੱਥੇ ਆਬਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਤੁਹਾਡਾ ਨਾਮ ਕੁਲਵੀਰ ਸਿੰਘ ਹੈ, ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀਗਾ? ਹਿੰਮਤ ਸਿੰਘ। ਹਿੰਮਤ ਸਿੰਘ, ਤੁਹਾਡਾ ਜਨਮ? ਸਾਡਾ ਜਨਮ ਇਸੇ ਸ਼ਹਿਰ ਦਾ, ਹਸਨ ਅਬਦਾਲ ਸ਼ਹਿਰ ਦਾ, ਅਤੇ ਮੇਰੇ ਪਿਤਾ ਜੀ ਦਾ ਆਨੰਦ ਕਾਲਜ ਨਹੀਂ ਹੋਇਆ ਸੀ, 1972 ਦੇ ਵਿੱਚ ਨਾ ਇੱਥੇ ਸੇਵਾ ਦੀ ਡਿਊਟੀ ਨਿਭਾ ਰਹੇ, ਡਿਊਟੀ ਨੇ 72 ਤੋਂ ਸ਼ੁਰੂ ਹੋਏ, 72 ਤੋਂ ਲੈ ਕੇ 98 ਤੱਕ ਇਸੇ ਅਸਥਾਨ 'ਤੇ ਗੁਰੂ ਘਰ ਦੀ ਸੇਵਾ ਨਿਭਾਈ। ਵਾਹ ਜੀ ਵਾਹ, ਕਿਆ ਹੋਇਆ! ਅਤੇ ਉਦੋਂ ਸ਼ਾਦੀ ਵੀ ਨਹੀਂ ਹੋਈ ਸੀ, ਆਨੰਦ ਕਾਰਜ ਵੀ ਨਹੀਂ ਹੋਇਆ ਸੀ। 1978 ਦੇ ਵਿੱਚ ਫਿਰ ਪਿਤਾ ਜੀ ਦਾ ਆਨੰਦ ਕਾਰਜ ਹੋਇਆ ਫਿਰ। ਅੱਛਾ, ਅਤੇ ਉਸ ਤੋਂ ਬਾਅਦ ਫਿਰ। ਅੱਛਾ, ਇੱਥੇ ਕਿੰਨੇ ਕੁ ਵੈਸੇ ਸਿੱਖ ਕਮਿਊਨਿਟੀ ਕਿੰਨੀ ਕੁ ਆਬਾਦ ਹੈ ਇੱਥੇ? ਇਸ ਟਾਈਮ ਜਿਹੜਾ ਨਾ 150 ਦੇ ਕਰੀਬ ਫੈਮਲੀਆਂ ਰਹਿੰਦੀਆਂ ਨੇ ਜਿਹੜੇ ਸੁਬਹਾ ਸ਼ਾਮ ਸਤਸੰਗ ਵਾਸਤੇ ਗੁਰੂ ਘਰ ਆਉਂਦੇ ਨੇ। ਵਾਹ ਜੀ ਵਾਹ। ਅੱਛਾ, ਤੁਹਾਡੀ ਫੈਮਲੀ ਸਭ ਤੋਂ ਪੁਰਾਣੀ ਫੈਮਲੀਆਂ ਦੇ ਵਿੱਚੋਂ ਇੱਕ ਹੈ, ਤੁਸੀਂ ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਉਸ ਵੇਲੇ ਰਹਿ ਗਏ, ਕਿਉਂਕਿ ਇਹ ਸਾਰੇ ਅਸਥਾਨ ਤਾਂ ਬੰਦ ਹੋ ਗਏ ਸੀਗੇ, ਅਤੇ ਤੁਹਾਡੀ ਕਮਿਊਨਿਟੀ ਇੱਥੇ ਕਿਸ ਤਰ੍ਹਾਂ ਰਹਿ ਗਈ? ਐਕਚੁਅਲੀ ਪੀਰ ਬਾਬਾ, ਬੇਸਿਕਲੀ ਅਸੀਂ ਡਿਸਟ੍ਰਿਕਟ ਬੁਨੇਰ ਲੱਗਦਾ ਪੀਰ ਬਾਬਾ, ਇਹ ਥੋੜ੍ਹਾ ਜਿਹਾ KPK ਦੇ ਇਲਾਕੇ ਦੇ ਵਿੱਚ ਹੈ। ਪੀਰ ਬਾਬਾ ਦੇ ਬੇਸਿਕਲੀ ਮੇਰੇ ਪਿਤਾ ਜੀ ਪੀਰ ਬਾਬਾ ਦੇ ਰਹਿਣ ਵਾਲੇ ਸਨ, ਅਤੇ ਉਸ ਜਦੋਂ ਹਾਲਾਤ ਖਰਾਬ ਹੋਏ ਸਨ 1947 ਦੇ ਵਿੱਚ, ਉਹਨਾਂ ਦੇ ਦਾਦੇ ਪੜਦਾਦੇ ਸਾਡੇ ਨਾ ਉਸ ਸਾਈਡ 'ਤੇ ਅਮਨ ਸੀ, ਪਿੰਡਾਂ ਦੇ ਲੋਕ ਆਪਸ ਵਿੱਚ ਬੜੇ ਇਤਫਾਕ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਅੱਛਾ, ਹੁਣ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਕਰਦੇ? ਮੈਂ 2007 ਤੋਂ ਇੱਥੇ ਸੇਵਾ ਨਿਭਾ ਰਿਹਾ ਜੀ ਗ੍ਰੰਥੀ ਦੀ, ਤਕਰੀਬਨ 17 ਸਾਲ ਹੈ ਜੀ। 17 ਸਾਲ ਹੈ। ਅੱਛਾ ਵੀਰ ਜੀ, ਤੁਸੀਂ ਇੱਥੇ ਦਾ ਇਤਿਹਾਸ ਅਗਰ ਸਾਨੂੰ ਦੱਸ ਦਿਓ ਤਾਂ ਸਾਡੇ ਵੇਖਣ ਵਾਲਿਆਂ ਤੱਕ ਇੱਥੇ ਦਾ ਇਤਿਹਾਸ ਵੀ ਪਹੁੰਚ ਜਾਏਗਾ। ਬਿਲਕੁਲ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਨੂੰ ਧਰਦਿਆਂ ਜਦ ਹਸਨ ਅਬਦਾਲ ਦੀ ਧਰਤੀ 'ਤੇ ਆਏ, ਉਸ ਸਮੇਂ ਸਾਰਾ ਬਿਆਬਾਨ ਜੰਗਲ ਸੀ, ਕੋਈ ਆਬਾਦੀ ਨਹੀਂ ਸੀ। ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ, ਭਾਈ ਬਾਲਾ ਜੀ ਨਾਲ ਸਨ। ਭਾਈ ਮਰਦਾਨਾ ਜੀ ਨੇ ਕਿਹਾ, ਬਾਬਾ ਜੀ ਮੈਨੂੰ ਪਿਆਸ ਲੱਗੀ, ਮੈਨੂੰ ਜਲ ਚਾਹੀਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਭਾਈ ਮਰਦਾਨੇ ਆ ਪਹਾੜੀ ਚੜ੍ਹ ਕੇ ਉੱਪਰ ਵਲੀ ਕੰਧਾਰੀ ਦੇ ਕੋਲ ਜਾ। ਉਸ ਸਮੇਂ ਪਹਾੜ ਦੀ ਚੋਟੀ 'ਤੇ ਪੀਰ ਰਹਿੰਦੇ ਸਨ,
ਵਲੀ ਕੰਧਾਰੀ ਨਾਂ ਸੀ ਉਹਨਾਂ ਦਾ। ਵਲੀ ਕੰਧਾਰੀ ਉਹਨਾਂ ਨੂੰ ਇਸ ਵਜ੍ਹਾ ਤੋਂ ਕਿਹਾ ਜਾਂਦਾ ਸੀ, ਕਾਬਲ ਦਾ ਅਫਗਾਨਿਸਤਾਨ ਦਾ ਇੱਕ ਸ਼ਹਿਰ ਹੈ ਕੰਧਾਰ। ਬੇਸਿਕਲੀ ਉਹ ਕੰਧਾਰ ਦੇ ਰਹਿਣ ਵਾਲੇ ਸਨ ਅਤੇ ਪਹਾੜ ਦੀ ਚੋਟੀ 'ਤੇ ਉਹਨਾਂ ਨੇ ਆਪਣਾ ਇੱਕ ਸੈਟਅਪ ਬਣਾਇਆ ਸੀ, ਪਾਣੀ ਦਾ ਖੂਹ ਰੱਖਿਆ ਸੀ। ਦੂਰੋਂ ਦੂਰੋਂ ਲੋਕ ਪਾਣੀ ਲੈਣ ਵਾਸਤੇ, ਜਲ ਲੈਣ ਵਾਸਤੇ ਵਲੀ ਕੰਧਾਰੀ ਦੇ ਕੋਲ ਜਾਂਦੇ ਸਨ। ਜਦ ਭਾਈ ਮਰਦਾਨਾ ਜੀ ਨੇ ਕਿਹਾ, ਬਾਬਾ ਜੀ ਮੈਨੂੰ ਪਿਆਸ ਲੱਗੀ ਹੈ, ਮੈਨੂੰ ਜਲ ਚਾਹੀਦਾ, ਗੁਰੂ ਨਾਨਕ ਸਾਹਿਬ ਨੇ ਕਿਹਾ, ਭਾਈ ਮਰਦਾਨਿਆਂ ਤੂੰ ਪਹਾੜੀ ਚੜ੍ਹ ਕੇ ਉੱਪਰ ਵਲੀ ਕੰਧਾਰੀ ਦੇ ਕੋਲ ਜਾ, ਉਹਨਾਂ ਨੂੰ ਕਹਿ ਮੈਂ ਗੁਰੂ ਨਾਨਕ ਸਾਹਿਬ ਦੇ ਨਾਲ ਆਇਆ, ਮੈਨੂੰ ਜਲ ਦੇ। ਜਦ ਭਾਈ ਮਰਦਾਨਾ ਜੀ 3-3.5 ਕਿਲੋਮੀਟਰ ਦਾ ਪਹਾੜ ਚੜ੍ਹ ਕੇ ਉੱਪਰ ਗਏ ਅਤੇ ਵਲੀ ਕੰਧਾਰੀ ਨੇ ਕਿ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਇਤਨੇ ਪਹੁੰਚੋਏ ਪੀਰ ਨੇ, ਇਤਨੇ ਪਹੁੰਚੋਏ ਵਲੀ ਨੇ, ਉਹ ਆਪ ਪਾਣੀ ਨਹੀਂ ਪੈਦਾ ਕਰ ਸਕਦੇ, ਉਹ ਆਪ ਜਲ ਨਹੀਂ ਪੈਦਾ ਨਹੀਂ ਕਰ ਸਕਦੇ। ਇਹ ਗੱਲ ਕਰਕੇ ਉਹਨਾਂ ਨੇ ਬਗੈਰ ਜਲ ਦਿੱਤੇ ਆ, ਬਗੈਰ ਪਾਣੀ ਦਿੱਤੇ ਆ, ਭਾਈ ਮਰਦਾਨਾ ਜੀ ਨੂੰ ਵਾਪਸ ਤੋਰਿਆ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ 3 ਦਫ਼ਾ ਉੱਪਰ ਭੇਜਿਆ, ਪਰ 3ੋਂ ਦਫ਼ਾ ਵਲੀ ਕੰਧਾਰੀ ਦਾ ਇਹ ਜਵਾਬ ਸੀ ਕਿ ਤੁਹਾਡੇ ਲਈ ਜਲ ਕੋਈ ਨਹੀਂ। 3ਰੀ ਦਫ਼ਾ ਜਦ ਭਾਈ ਮਰਦਾਨਾ ਜੀ ਵਾਪਸ ਆਏ, ਉਹਨਾਂ ਨੇ ਕਿਹਾ, ਬਾਬਾ ਜੀ ਉਹ ਤਾਂ ਕਿਸੇ ਹਾਲਤ ਵਿੱਚ ਵੀ ਜਲ ਦੇਣ ਨੂੰ ਤਿਆਰ ਨਹੀਂ ਹਨ, ਤੁਸੀਂ ਕੁਛ ਕਿਰਪਾ ਕਰੋ। ਉਸ ਸਮੇਂ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਜ਼ਮੀਨ ਦੇ ਵਿੱਚ ਇੱਕ ਲਾਠੀ ਮਾਰੀ, ਸਟਿੱਕ ਮਾਰੀ ਲਾਠੀ, ਅਤੇ ਜ਼ਮੀਨ ਦੇ ਵਿੱਚੋਂ ਜਲ ਨਿਕਲਣ ਲੱਗ ਪਿਆ ਅਤੇ ਭਾਈ ਮਰਦਾਨਾ ਜੀ ਜਲ ਛੱਕਣ ਲੱਗ ਪਏ। ਜਦ ਉੱਪਰ ਵਲੀ ਕੰਧਾਰੀ ਨੇ ਵੇਖਿਆ ਕਿ ਉਹਨਾਂ ਦਾ ਜਿਹੜਾ ਪਾਣੀ ਦਾ ਖੂਹ ਹੈ ਉਹਦਾ ਲੈਵਲ ਡਾਊਨ ਹੋ ਰਿਹਾ, ਪਾਣੀ ਸੁੱਕ ਰਿਹਾ, ਉਹਨਾਂ ਨੂੰ ਬਹੁਤ ਗੁੱਸਾ ਆਇਆ। ਉਸ ਗੁੱਸੇ ਵਿੱਚ ਆ ਕੇ ਉਹਨਾਂ ਨੇ ਇੱਕ ਵੱਡੀ ਸਾਰੀ ਚਟਾਨ, ਵੱਡਾ ਸਾਰਾ ਪੱਥਰ ਥੱਲੇ ਨੂੰ ਰੇੜ ਦਿੱਤਾ। ਉਸ ਸਮੇਂ ਇੱਥੇ ਭਾਈ ਮਰਦਾਨਾ ਜੀ ਜਲ ਛੱਕ ਰਹੇ ਸਨ। ਉਹਨਾਂ ਨੇ ਕਿਹਾ, ਬਾਬਾ ਜੀ ਪਹਾੜ ਆ ਰਿਹਾ, ਚਟਾਨ ਆ ਰਹੀ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਉਸ ਪੱਥਰ ਨੂੰ ਹੱਥ ਦਾ ਇਸ਼ਾਰਾ ਕੀਤਾ ਅਤੇ ਹੱਥ ਵੀ ਮੋਮ ਬਣ ਗਿਆ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੱਥ ਦਾ ਪੰਜਾ ਉਸ ਪੱਥਰ ਦੇ ਵਿੱਚ ਲੱਗ ਗਿਆ। ਇਸ ਵਜ੍ਹਾ ਤੋਂ ਇਸ ਪਾਵਨ ਪਵਿੱਤਰ ਸਥਾਨ ਦਾ ਨਾਂ ਗੁਰਦੁਆਰਾ ਪੰਜਾ ਸਾਹਿਬ ਹੈ। ਸਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੱਕ ਲੰਬੇ ਸਮੇਂ ਤੋਂ ਇੱਥੇ ਸੇਵਾ ਨਿਭਾ ਰਹੇ ਨੇ, ਕਿਉਂਕਿ 47 ਦੇ ਵਿੱਚ ਬਹੁਤ ਸਾਰੇ ਪਰਿਵਾਰ ਇੱਥੋਂ ਚਲੇ ਗਏ ਔਰ ਇਹ ਗੁਰਦੁਆਰਾ ਸਾਹਿਬ ਵੀਰਾਨ ਹੋ ਗਏ। ਸੋ ਜੋ ਕੁਲਬੀਰ ਸਿੰਘ ਵਰਗੇ ਸਾਡੇ ਵੀਰ ਨੇ ਜੋ ਇੱਕ ਲੰਬੇ ਸਮੇਂ ਤੋਂ ਗੁਰਦੁਆਰਿਆਂ ਦੀ ਸੇਵਾ ਸਾਂਭ ਕਰ ਰਹੇ ਨੇ, ਇਹਨਾਂ ਦਾ ਪਰਿਵਾਰ, ਇਹਨਾਂ ਦੇ ਪਿਤਾ ਜੀ ਨੇ ਵੀ ਉਹ ਸੇਵਾ ਸਾਂਭ ਕੀਤੀ, ਇਹਨਾਂ ਦਾ ਬਹੁਤ ਬਹੁਤ ਜਿੰਨਾ ਵੀ ਸਿੱਖ ਕਮਿਊਨਿਟੀ ਇਹਨਾਂ ਦਾ ਧੰਨਵਾਦ ਕਰੀਏ, ਉਹ ਥੋੜ੍ਹਾ ਹੈ। ਸੋ ਆਓ, ਇੱਥੇ ਹੁਣ ਸਕੂਲ ਵੀ ਇੱਕ ਮੌਜੂਦ ਹੈ, ਉਹ ਵੀ ਵੇਖਦੇ ਹਾਂ ਅਤੇ ਨਾਲੋਂ ਉਸ ਸਕੂਲ ਬਾਰੇ ਵੀ ਆਪ ਜੀ ਨੂੰ ਦੱਸਦੇ ਹਾਂ ਜੀ। ਅਫਗਾਨਿਸਤਾਨ ਤੋਂ ਹਮਲਾਵਰ ਆਉਂਦੇ ਰਹੇ ਤਾਂ ਇਸ ਜਗ੍ਹਾ ਨੂੰ ਕਾਫੀ ਨੁਕਸਾਨ ਪਹੁੰਚਦਾ ਰਿਹਾ। ਹਰੀ ਸਿੰਘ ਨਲਵਾ ਨੇ ਜਿਹੜਾ ਸਥਾਨ ਬਣਾਇਆ ਸੀ ਉਸ ਤੋਂ ਬਾਅਦ ਕੋਈ ਵੀ ਇਸ ਗੁਰੂ ਘਰ ਨੂੰ ਨੁਕਸਾਨ ਨਹੀਂ ਪਹੁੰਚਿਆ। ਤੁਸੀਂ ਮੇਰੀ ਬੈਕ ਸਾਈਡ 'ਤੇ ਇੱਕ ਬੋਰਡ ਵੇਖ ਰਹੇ ਹੋ ਜਿਹਦੇ ਉੱਪਰ ਗੁਰਮੁਖੀ ਜ਼ਬਾਨ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ, ਗੁਰੂ ਨਾਨਕ ਦੇਵ ਜੀ ਧਾਰਮਿਕ ਸਕੂਲ। ਇਹ ਇੱਕ ਐਸਾ ਸਕੂਲ ਹੈ ਗੁਰਦੁਆਰੇ ਦੇ ਅੰਦਰ ਜਿਹਦੇ ਵਿੱਚ ਇੱਥੋਂ ਦੇ ਵਸਨੀਕ ਸਿੱਖ ਬੱਚੇ ਆਪਣੀ ਧਾਰਮਿਕ ਵਿੱਦਿਆ ਲੈਂਦੇ ਹਨ ਅਤੇ ਨਾਲ ਦੇ ਨਾਲ ਗੁਰਮੁਖੀ ਪੰਜਾਬੀ ਭਾਸ਼ਾ ਸਿੱਖਦੇ ਹਨ। ਲੇਕਿਨ ਇਸੇ ਹੀ ਗੁਰਦੁਆਰੇ ਦੇ ਵਿੱਚ ਇੱਕ ਐਸਾ ਸਕੂਲ ਵੀ ਹੈ ਜਿੱਥੇ ਸਾਰੇ ਹੀ ਧਰਮਾਂ ਦੇ ਬੱਚੇ ਪੜ੍ਹਦੇ ਹਨ। ਅਗਰ ਆਪਾਂ ਗੱਲ ਕਰੀਏ 1947 ਤੋਂ ਪਹਿਲੇ ਦੀ, ਤਾਂ ਉਹ ਬਿਲਡਿੰਗ ਜਿਹੜੀ ਹੈ ਉਹ 1947 ਤੋਂ ਪਹਿਲੇ ਦੀ ਬਣੀ ਹੋਈ ਹੈ ਔਰ ਅਮੂਮਨ ਉਹ ਬਿਲਡਿੰਗ ਬਣਾਈ ਗਈ ਸੀ, ਨਿਵਾਸ ਬਣਾਇਆ ਗਿਆ ਸੀ ਜਿਹੜੇ ਲੋਕ ਜਦੋਂ ਗੁਰਪੁਰਬ ਦੇ ਵੇਲੇ ਇੱਥੇ ਆਉਂਦੇ ਹਨ ਉਹਨਾਂ ਦੇ ਰਹਿਣ ਵਾਸਤੇ। ਲੇਕਿਨ ਜਦੋਂ 1947 ਦੇ ਵਿੱਚ ਸਾਰੇ ਹੀ ਸਿੱਖ ਇੱਥੋਂ ਚਲੇ ਗਏ ਤਾਂ ਉਹ ਬਿਲਡਿੰਗ ਜਿਹੜੀ ਸੀ ਉਹ ਬਿਲਕੁਲ ਵਿਹਲੀ ਰਹਿ ਗਈ ਸੀ ਔਰ ਅਮੂਮਨ ਸਿਰਫ ਵਿਸਾਖੀ ਦੇ ਵੇਲੇ ਜਾਂ ਨਵੰਬਰ ਦੇ ਵਿੱਚ ਜਦੋਂ ਦੂਰ ਦੁਰਾਡੇ ਤੋਂ ਸਿੱਖ ਭਰਾ ਸਿੱਖ ਵੀਰ ਆਉਂਦੇ ਸਨ ਤਾਂ ਉਹਨਾਂ ਦੇ ਰਹਿਣ ਦੇ ਕੰਮ ਆਉਂਦੀ ਸੀ, ਲੇਕਿਨ ਅਮੂਮਨ ਉਹ ਖਾਲੀ ਰਹਿੰਦੀ ਸੀਗੀ। ਲੇਕਿਨ ਬੜੀ ਹੀ ਖੁਸ਼ਾਇੰਦ ਗੱਲ ਹੈ ਕਿ ਗੁਰਦੁਆਰਾ ਸਾਹਿਬ ਵੀ ਐਕਟਿਵ ਹੈ ਔਰ ਇਹਦੇ ਨਾਲ ਉਸ ਬਿਲਡਿੰਗ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਔਰ ਇਸ ਸਕੂਲ ਦੇ ਵਿੱਚ 1000 ਤੋਂ ਵੀ ਉੱਪਰ ਵਿਦਿਆਰਥੀ ਜਿਹੜੀ ਹੈ ਉਹ ਆਪਣੀ ਵਿੱਦਿਆ ਲੈ ਰਹੇ ਹਨ ਔਰ ਕੋਈ ਧਰਮ ਦਾ ਇਹਦੇ 'ਚ ਬੰਦਿਸ਼ ਨਹੀਂ ਹੈ। ਇੱਥੇ ਹਿੰਦੂ ਬੱਚੇ ਵੀ ਪੜ੍ਹ ਰਹੇ ਹਨ, ਇਹਦੇ ਸਿੱਖ ਬੱਚੇ ਵੀ ਪੜ੍ਹ ਰਹੇ ਨੇ, ਬੱਚੀਆਂ ਵੀ ਪੜ੍ਹ ਰਹੀਆਂ ਹਨ ਅਤੇ ਨਾਲ ਦੇ ਨਾਲ ਕਿਤਨੀ ਖੂਬਸੂਰਤ ਗੱਲ ਹੈ ਕਿ ਨਾ ਸਿਰਫ ਹਸਨਾ ਬਦਾਲ ਬਲਕਿ ਆਲ ਦੁਆਲ ਦੇ ਛੋਟੇ ਛੋਟੇ ਪਿੰਡਾਂ ਤੋਂ ਬੱਚੇ ਆ ਕੇ ਆਪਣੀ ਪ੍ਰਾਇਮਰੀ ਦੀ ਤਾਲੀਮ ਜਿਹੜੀ ਹੈ ਉਹ ਇੱਥੇ ਹਾਸਲ ਕਰ ਰਹੇ ਹਨ।
सो आओ तुहानूं स्कूल विखांदे आ अते नाल दे नाल एक वधिया पैगाम जांदा है। जदों इस तरह की मजहबी अहमांगी की कोई भी चीज़ होंदी है तां बाकी जिहड़े लोग वेखण वाले हुंदे ने उहनां वास्ते एक वधिया सुनेहा जिहड़ा है वह साडे वल्लों टुरदा है। सो आओ आपां हुण स्कूल वेखदे हां जी। इतिहासकार लिखते हैं कि इत्थे गुरु घर जिहड़ा है वह हरी सिंह नलवा ने बनाया सी। हरी सिंह नलवा के दौर च पहली बारी इत्थे गुरु घर आबाद होया, क्योंकि उस तो पहले जिन्नी बारी यह जगह आबाद हुई सी चूँकि यह बिल्कुल पंजाब दे शुरू दे विच है। जदों अफगानिस्तान तो हमलावर आते रहे तो इस जगह नूं काफ़ी नुकसान पहुँचता रहा। हरी सिंह नलवा ने जिहड़ा स्थान बनाया सी उस तो बाद कोई भी इस गुरु घर नूं नुकसान नहीं पहुँचिया। लेकिन बड़ी ही एक अहम गल है कि जदों इस गुरु घर दे आपां सरोवर साहब वेखदे हां ते बहुत सारियां इत्थे तख्तियां सरोवर साहब दे आल दुआल दे विच लगियां हन, जिन्हों उपर बासानी दे नाल तुसी नाम पढ़ सकते हो उन्हां लोकां दे जिन्हां ने इस गुरु घर नूं आबाद किया या वक्तन फवक्तन इस गुरु घर की सेवा होंदी रही। सो आओ हुण आपां तुहानूं लै के चलदे हाँ पहाड़ी दे उपर, पहाड़ी दी चोटी ते जिहदे शिखर ते वली कंधारी की बैठक होया करती सी। सो आओ उत्थे दे भी दर्शन करदे हाँ।
हाँ जी, इस वेले असी पहुँच गए हैं जी वली कंधारी दे बैठक ते। उन्हां नू जिंदा पीर भी आख्या जाता है और पिछे तो नज़र आ रही है उन्हां दी बैठक होया करती सी। असी राज वेख्या कि हालांकि बड़ा मुश्किल सफ़र सी, रस्ता बेशक पक्का बनया होया है लेकिन ऑक्सीजन की घाट करके बड़ा मुश्किल नाल बंदा पहुँचता है, लेकिन इसके बावजूद जिहड़े वली कंधारी जी नू मनण वालियां दी गिनती है वो असी वेख रहे सी कि पूरे रस्ते विच सानू नज़र आए। और इत्थे आ के बड़ा ही खूबसूरत नज़ारा है कुदरत दा, चार चफेरे सानू पहाड़ियाँ नज़र आ रही ने, और अगर असी दूसरे पासे जाइए तो सानू इत्थे पंजा साहब का भी बड़ा खूबसूरत नज़ारा मिलता है। इत्थों सारा राह जिहड़ा रास्ते दे आपां उपर आए हैं सारा रस्ता भी वेखण नू मिलता है, नाल दे नाल तुसीं पंजा साहब के दर्शन भी कर सकते हो। सो आओ वली कंधारी जी की अंदरों जिहड़ी बैठक बनी हुई है उहदे भी आपां दर्शन करते हैं ते फिर आपां इत्थों वापसी का सफ़र शुरू करांगे। लो जी, इस वेले हुण साडी वापसी हो गई है, असीं वापस जा रहे हैं। शाम का टाइम है और थोड़ी ही देर दे विच असीं दोबारा जिहड़ा है वो तुहानूं गुरद्वारा साहब विखे मिलांगे। उत्थे संध्या दे दीवान सजे होणगे, संगतां आईयां होणगियां, उहनां नूं भी मिलांगे। तो जिदा जिदा हुण शाम पै रही है इत्थों दा नज़ारा होर खूबसूरत हो रहा है। लो जी, असीं हुण आ गए हैं जी वली कंधारी जिन्हां दी उपर बैठक हैगी सी उहदे आप जी ने दर्शन किए। सो हुण एक बार फिर आपां गुरद्वारा साहब जाने, शाम का दीवान उत्थे सज गया होना है। सो एक बार फिर उत्थे गुरद्वारा साहब जाके मत्था टेकदे हां अते शाम के दीवान दे विच, क्योंकि सिख धर्म दे विच दो टाइम की इबादत होंदी है, एक सुबह जिस वेले मुसलमान वीरां दी फजर की नमाज़ होंदी है उस वेले, और दूसरी जिहड़ी है संध्या का दीवान, शाम का दीवान जिस टाइम सूरज गुरूब होंदा है। सो रैरा साहब जी के पाठ के शामिल होने हैं। सो आओ चलते हैं गुरुद्वारा साहब। ओवरऑल जो गल करिए तो इतने सिख कम्युनिटी किन्नी आबाद है? इतने साड़ी मैक्सिमम हिंदू बिरादरी ते गुरसिख बिरादरी कुछ 150 घर ने, 150 घर देखिए।
ਸੋ ਜੀ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਅਸੀਂ ਜਿੱਥੇ ਤੁਹਾਨੂੰ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਨਾਲ ਦੇ ਨਾਲ ਜਿਹੜੀ ਉੱਥੇ ਦੀ ਲੋਕਲ ਕਮਿਊਨਿਟੀ ਹੁੰਦੀ ਹੈ ਸਿੱਖ ਭਰਾਵਾਂ ਦੀ ਉਹਨਾਂ ਨਾਲ ਵੀ ਆਪ ਜੀ ਨੂੰ ਮਿਲਵਾਉਂਦੇ ਹਾਂ ਅਸੀਂ ਇੱਥੋਂ ਗੁਜ਼ਰ ਰਹੇ ਸਾਂ ਅਤੇ ਅਸੀਂ ਵੇਖਿਆ ਬਾਬਾ ਫਰੀਦ ਜੀ ਪੰਸਾਰ ਸਟੋਰ ਅਤੇ ਜਦੋਂ ਅਸੀਂ ਅੰਦਰ ਝਾਤੀ ਮਾਰੀ ਅਤੇ ਆਪਣਾ ਸਰਦਾਰ ਵੀਰ ਬੈਠਾ ਸੀ ਸਾਨੂੰ ਹੈਰਾਨਗੀ ਬਹੁਤ ਹੋਈ ਅਤੇ ਅਸੀਂ ਇਸ ਕਰਕੇ ਵੀਰ ਕੋਲ ਰੁਕੇ ਹਾਂ ਅਸੀਂ ਇੱਥੇ ਦੀ ਕਮਿਊਨਿਟੀ ਬਾਰੇ ਵੀ ਪੁੱਛਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਵੀਰ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਮ ਪ੍ਰੀਤਮ ਸਿੰਘ ਹੈ ਜੀ ਅਤੇ ਪਿਛਲੇ 22 ਵਰ੍ਹਿਆਂ ਤੋਂ ਇੱਥੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਸੇਵਾ ਵੀ ਕਰ ਰਿਹਾ ਦੇ ਨਾਲ ਸੇਵਾਦਾਰ ਹੋ ਤੁਸੀਂ ਜੀ ਅਤੇ ਬੱਚਿਆਂ ਨਾਲ ਇਹ ਰੋਜ਼ੀ ਰੋਟੀ ਦਾ ਇੱਕ ਸਿਲਸਿਲਾ ਵੀ ਪਰਮਾਤਮਾ ਲਾ ਦਿੱਤਾ ਹੈ ਅਤੇ ਵੀਰ ਜੀ ਤੁਹਾਡੀ ਕਮਿਊਨਿਟੀ ਬੇਸਿਕਲੀ ਪੰਜਾ ਸਾਹਿਬ ਦੀ ਹੈ ਜਾਂ ਤੁਸੀਂ ਹੋਰ ਕਿੱਥੋਂ ਮਾਈਗ੍ਰੇਟ ਹੋ ਕੇ ਆਏ ਹੋ ਮੇਰਾ ਤਾਲੁਕ ਸਵਾਤ ਨਾਲੇ ਫਰੰਟੀਅਰ ਨਾਲੇ ਅਤੇ ਉੱਥੋਂ ਇੱਥੇ ਆਇਆ ਤਕਰੀਬਨ 22 ਸਾਲ ਹੋ ਗਏ ਨੇ 22 ਸਾਲ ਹੋ ਗਏ ਅਤੇ ਤੁਸੀਂ ਦੁਕਾਨ ਦਾ ਨਾਮ ਰੱਖਿਆ ਹੈ ਬਾਬਾ ਫਰੀਦ ਪੰਸਾਰ ਸਟੋਰ ਜੀ ਜੀ ਇਸ ਦੀ ਕੀ ਵਜ੍ਹਾ ਹੈ ਬਾਬਾ ਫਰੀਦ ਜੀ ਇੱਕ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ ਜੀ ਬਿਲਕੁਲ ਅਤੇ ਇੱਕ ਮਹਾਨ ਹਸਤੀ ਨੇ ਜਿਹੜੇ ਸਾਰੇ ਇਹਨਾਂ ਨੂੰ ਮੰਨਣ ਵਾਲੇ ਨੇ ਸਾਰੇ ਇਹਨਾਂ ਨੂੰ ਪੂਜਣ ਵਾਲੇ ਨੇ ਇਸੇ ਕਰਕੇ ਉਹਨਾਂ ਪਾਕ ਹਸਤੀ ਦਾ ਨਾਮ ਰੱਖੇ ਬਾਬਾ ਫਰੀਦ ਜੀ ਦਵਾਖਾਨਾ ਅਤੇ ਤੁਸੀਂ ਇੱਥੇ ਕਿੰਨੇ ਸਾਲਾਂ ਤੋਂ ਪੰਸਾਰ ਸਟੋਰ ਇੱਥੇ ਬਣਾਇਆ ਹੋਇਆ ਇੱਥੇ ਵੀਰ ਜੀ ਤਕਰੀਬਨ ਸਾਨੂੰ 18 ਸਾਲ ਹੋ ਗਏ ਨੇ 18 ਸਾਲ ਹੋ ਗਏ ਵੈਸੇ ਓਵਰਆਲ ਜੇ ਗੱਲ ਕਰੀਏ ਤਾਂ ਇੱਥੇ ਸਿੱਖ ਕਮਿਊਨਿਟੀ ਕਿੰਨੀ ਕੁ ਆਬਾਦ ਹੈ ਇੱਥੇ ਸਾਡੀ ਮੈਕਸੀਮਮ ਹਿੰਦੂ ਬਿਰਾਦਰੀ ਅਤੇ ਗੁਰਸਿੱਖ ਬਿਰਾਦਰੀ ਕੁਝ 150 ਘਰ ਨੇ 150 ਘਰ ਦੇ ਜੀ ਅੱਛਾ ਵੀਰ ਜੀ ਜੇ ਆਪਾਂ ਗੱਲ ਕਰੀਏ ਕਿ ਜ਼ਿਆਦਾਤਰ ਲੋਕਾਂ ਦਾ ਜ਼ਰੀਆ ਮਾਸ਼ ਕੀ ਹੈਗਾ ਕੀ ਦੁਕਾਨਦਾਰ ਨੇ ਜਾਂ ਕੀ ਕੰਮ ਕਰਦੇ ਨੇ ਜ਼ਿਆਦਾ ਇੱਥੇ ਜਿਹੜੀ ਸਾਡੀ ਸਿੱਖ ਬਰਾਦਰੀ ਹੈ ਜ਼ਿਆਦਾਤਰ ਕਾਸਮੈਟਿਕਸ ਦੇ ਸ਼ੋਬੇ ਨਾਲ ਵਾਬਸਤਾ ਨੇ ਉਸ ਤੋਂ ਬਾਅਦ ਕੱਪੜੇ ਦਾ ਕੰਮ ਹੈ ਨਾਲ ਪੰਸਾਰ ਦਾ ਕੰਮ ਹੈ ਅੱਛਾ ਅਤੇ ਵੀਰ ਜੀ ਪੜ੍ਹਾਈ ਲਿਖਾਈ ਦੇ ਵਿੱਚ ਕਿੰਨੇ ਕੁ ਸਾਡੇ ਵੀਰ ਅੱਗੇ ਹੁਣ ਆ ਚੁੱਕੇ ਨੇ ਕੋਸ਼ਿਸ਼ ਹੈ ਕੁਝ ਸਾਡੇ ਜਿਹੜੇ ਇੱਥੇ ਦੇ ਮਿਸ਼ਰਾਨ ਨੇ ਵੱਡ ਵਡੇਰੇ ਨੇ ਉਹਨਾਂ ਦੀ ਵੀ ਇਸ ਚੀਜ਼ 'ਤੇ ਜ਼ੋਰ ਪਾਇਆ ਕਿ ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਪੜ੍ਹਾਓ ਲਿਖਾਓ ਤਾਂ ਕਿ ਉਹ ਇਸ ਮੁਲਕ ਦਾ ਨਾਮ ਵੀ ਰੋਸ਼ਨ ਕਰ ਸਕਣ ਅਤੇ ਅੱਗੇ ਜਾ ਕੇ ਕੌਮ ਦੀ ਸਮਾਜ ਦੀ ਸੇਵਾ ਖਿਦਮਤ ਵੀ ਕਰ ਸਕਣ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਸਿੰਘ ਜੀ ਸਾਡੇ ਨਾਲ ਸਨ ਇਹਨਾਂ ਨੇ ਸਾਡੇ ਇੱਥੇ ਲੋਕਲ ਕਮਿਊਨਿਟੀ ਬਾਰੇ ਵੀ ਸਾਨੂੰ ਦੱਸਿਆ ਔਰ ਨਾਲ ਦੇ ਨਾਲ ਕਿੰਨੇ ਵਰ੍ਹਿਆਂ ਤੋਂ ਇਹ ਲੋਕ ਇੱਥੇ ਆਬਾਦ ਨੇ ਕਿੰਨੀ ਖੂਬਸੂਰਤ ਗੱਲ ਇਹਨਾਂ ਨੇ ਕੀਤੀ ਬਾਬਾ ਫਰੀਦ ਜੀ ਦੇ ਬਾਰੇ 'ਚ ਮੈਂ ਆਪਣੇ ਵੇਖਣ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਦੁਨੀਆ ਦਾ ਕੋਈ ਵੀ ਸਿੱਖ ਹੋਵੇ ਉਹ ਬਾਬਾ ਫਰੀਦ ਜੀ ਨੂੰ ਜ਼ਰੂਰ ਮੰਨਦਾ ਹੈ ਕਿਉਂਕਿ ਸੁਬਾ ਸ਼ਾਮ ਜਿਹੜੀ ਸਾਡੀ ਇਬਾਦਤ ਹੈ ਜਦੋਂ ਆਪਾਂ ਗੁਰੂ ਘਰ 'ਚ ਹਾਜ਼ਰੀ ਭਰਦੇ ਹਾਂ ਆਪਾਂ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਹੁੰਦੇ ਹਾਂ ਤਾਂ ਉਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦਰਜ ਹੈ ਅਗਰ ਤੁਸੀਂ ਬਾਬਾ ਫਰੀਦ ਸਾਹਿਬ ਦੇ ਦਰਬਾਰ 'ਤੇ ਜਾਓਗੇ ਉਹਨਾਂ ਨੂੰ ਵੀ ਪੁੱਛੋਗੇ ਕਿ ਤੁਸੀਂ ਬਾਬਾ ਫਰੀਦ ਜੀ ਦੇ ਕੀ ਬੋਲ ਸਨ ਉਹਨਾਂ ਦੇ ਅਕਵਾਲ ਕੀ ਸਨ ਅਤੇ ਉਹ ਤੁਹਾਨੂੰ ਦੱਸਣਗੇ ਕਿ ਉਹਨਾਂ ਦੀ ਸਾਰੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਸੋ ਆਓ ਹੁਣ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਦਾ ਦੀਵਾਨ ਜੋ ਹੈ ਉਹ ਸੱਜ ਚੁੱਕਿਆ ਹੈ ਸੰਧਿਆ ਦਾ ਵੇਲਾ ਇੱਕ ਗੱਲ ਹੋਰ ਮੈਂ ਕਰਨਾ ਚਾਹੁੰਦਾ ਅਸੀਂ ਜਿੱਥੇ ਰਹਿੰਦੇ ਹਾਂ ਹਸਨ ਅਬਦਾਲ ਦੀ ਧਰਤੀ 'ਤੇ ਇਹ ਵੀਰ ਜੀ ਐਸੀ ਇੱਕ ਜਗ੍ਹਾ ਨੇ ਕਿ ਇੱਥੇ ਤੁਸੀਂ ਇੱਕ ਪਲੇਟਫਾਰਮ 'ਤੇ ਦੇਖ ਸੋ ਇਮਾਮੇ ਬਰਗਾਹ ਵੀ ਹੈ ਉਸ ਤੋਂ ਇਲਾਵਾ ਮਸਜਿਦ ਵੀ ਹੈ ਉਸ ਤੋਂ ਇਲਾਵਾ ਚਰਚ ਵੀ ਹੈ ਅਤੇ ਗੁਰਦੁਆਰਾ ਸਾਹਿਬ ਵੀ ਹੈ ਅਤੇ ਚੌਵਾਂ ਪ੍ਰੋਗਰਾਮ ਸਾਡੇ ਭਾਵੇਂ ਉਹ ਮਿਲਾਦ ਸ਼ਰੀਫ ਦਾ ਪ੍ਰੋਗਰਾਮ ਹੈ ਅਹਿਲੀ ਤੇਸ਼ੀ ਬਿਰਾਦਰੀ ਦਾ ਨਵੀਂ ਦਾ ਮੁਹਰਮ ਦਾ ਜਿਹੜਾ ਜਲੂਸ ਹੈ ਉਹ ਵੀ ਸਾਡੇ ਵੱਲੋਂ ਪ੍ਰੋਗਰਾਮ ਹੁੰਦੇ ਨੇ ਵਿਸਾਖੀ ਵੀ ਸਾਡੀ ਸਾਂਝੀ ਹੁੰਦੀ ਹੈ ਦਿਵਾਲੀ ਵੀ ਸਾਡੀ ਸਾਂਝੀ ਹੁੰਦੀ ਸਾਰੇ ਪ੍ਰੋਗਰਾਮ ਜਿਹੜੇ ਨੇ ਮਿਲ ਜੁਲ ਕੇ ਹੁੰਦੇ ਨੇ ਅਤੇ ਹਸਨ ਅਬਦਾਲ ਦੀ ਧਰਤੀ ਇੱਕ ਪੁਰਅਮਨ ਧਰਤੀ ਹੈ ਹਮੇਸ਼ਾ ਸਾਡੀ ਤਰਫੋਂ ਇੱਥੋਂ ਇੱਕ ਅਮਨ ਦਾ ਸ਼ਾਂਤੀ ਦਾ ਅਤੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਹੈ ਚਾਰ ਦਰਵਾਜ਼ਿਆਂ ਦਾ ਅਮਨ ਮੁਹੱਬਤ ਭਾਈਚਾਰੇ ਦਾ ਇਹ ਹੀ ਮੈਸੇਜ ਜਾਂਦਾ ਹੈ ਸਾਡਾ ਬਹੁਤ ਵਧੀਆ ਜੀ ਪ੍ਰੀਤਮ ਸਿੰਘ ਜੀ ਤੁਸੀਂ ਫਿਰ ਬਹੁਤ ਖੂਬਸੂਰਤ ਗੱਲ ਕੀਤੀ ਸੋ ਇਹੀ ਚੀਜ਼ਾਂ ਲੈ ਕੇ ਵੱਖ ਵੱਖ ਰੰਗ ਲੈ ਕੇ ਜੋ ਸਾਡੀ ਸਾਡੇ ਪ੍ਰੋਗਰਾਮ ਦਾ ਸਭ ਤੋਂ ਵੱਖਰੀ ਇੱਕ ਚੀਜ਼ ਹੈ ਉਹ ਇਹੀ ਹੈ ਕਿ ਸਭ ਮਜ਼ਹਬ ਜਿਹੜੇ ਨੇ ਉਹ ਬੜੇ ਪਿਆਰ ਮੁਹੱਬਤ ਨਾਲ ਜਿੱਥੇ ਜਿੱਥੇ ਰਹਿੰਦੇ ਨੇ ਔਰ ਪਿਆਰ ਮੁਹੱਬਤ ਦਾ ਅਸੀਂ ਜਿਹੜਾ ਪ੍ਰਚਾਰ ਕਰਦੇ ਹਾਂ ਵੱਖ ਵੱਖ ਥਾਵਾਂ 'ਤੇ ਜਾ ਕੇ ਸੋ ਇਹ ਸਾਡੇ ਸਤਿ ਸ਼੍ਰੀ ਅਕਾਲ ਪਾਕਿਸਤਾਨ ਦਾ ਇੱਕ ਵੱਖਰਾ ਨਵੇਕੜਾ ਇੱਕ ਨਵਾਂ ਢੰਗ ਦੇ ਨਾਲ ਆਪ ਜੀ ਦੇ ਰੂਬਰੂ ਪੇਸ਼ ਕਰਦੇ ਰਹਿੰਦੇ ਹਾਂ ਸੋ ਆਓ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਦੀਵਾਨ ਸੱਜ ਚੁੱਕਿਆ ਹੈ ਸੰਧਿਆ ਦੇ ਦੀਵਾਨ ਦੇ ਅੰਦਰ ਸ਼ਰੀਕ ਹੋਣੇ ਹਾਂ ਅਤੇ ਨਾਲ ਦੇ ਨਾਲ ਜਿਹੜਾ ਹੈ ਉਹ ਉੱਥੇ ਹਾਜ਼ਰੀ ਭਰਦੇ ਹਾਂ ਸਤਿ ਸ਼੍ਰੀ ਅਕਾਲ।
ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਜੀ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਵੀ ਕਰਾਏ ਨਾਲ ਦੇ ਨਾਲ ਇੱਥੇ ਦਾ ਇਤਿਹਾਸ ਵੀ ਸੁਣਿਆ ਉਸ ਤੋਂ ਬਾਅਦ ਅਸੀਂ ਆਪ ਜੀ ਨੂੰ ਪੀਰ ਵਲੀ ਕੰਧਾਰੀ ਜੀ ਦੇ ਬੈਠਕ ਜਿਹੜੀ ਪਹਾੜੀ ਦੇ ਉੱਪਰ ਚੋਟੀ ਉੱਪਰ ਹੈ ਉੱਥੇ ਵੀ ਲੈ ਕੇ ਗਏ ਔਰ ਇੱਥੇ ਦੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਜਿਹੜੇ ਇੱਥੇ ਦੇ ਵਸਨੀਕ ਸਿੱਖ ਵੀਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕੀਤੀ ਉਸ ਤੋਂ ਬਾਅਦ ਸ਼ਾਮ ਦੇ ਸੰਧਿਆ ਦੇ ਦੀਵਾਨ ਦੇ ਵਿੱਚ ਵੀ ਅਸੀਂ ਹਾਜ਼ਰੀ ਭਰੀ ਹੋਪਫੁਲੀ ਅੱਜ ਦਾ ਪ੍ਰੋਗਰਾਮ ਸਾਡਾ ਆਪ ਜੀ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੁਸੀਂ ਸਾਡਾ ਪ੍ਰੋਗਰਾਮ ਫੇਸਬੁੱਕ ਅਤੇ ਯੂਟਿਊਬ ਉੱਪਰ ਵੀ ਵੇਖ ਸਕਦੇ ਹੋ ਔਰ ਵੇਖ ਕੇ ਸਾਨੂੰ ਆਪਣੀ ਕੀਮਤੀ ਰਾਏ ਜ਼ਰੂਰ ਦੇਣਾ ਇਹਦੇ ਨਾਲ ਹੀ ਅਸੀਂ ਆਪ ਜੀ ਕੋਲ ਇਜਾਜ਼ਤ ਚਾਹੁੰਦੇ ਹਾਂ ਇਸੇ ਹੀ ਉਮੀਦ ਦੇ ਨਾਲ ਇਸੇ ਹੀ ਆਸ ਦੇ ਨਾਲ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ ਐਸਾ ਹੀ ਇੱਕ ਹੋਰ ਇਤਿਹਾਸਕ ਪ੍ਰੋਗਰਾਮ ਲੈ ਕੇ ਆਪ ਜੀ ਦੇ ਰੂਬਰੂ ਹਾਜ਼ਰ ਹੋਵਾਂਗੇ ਅਗਲੇ ਪ੍ਰੋਗਰਾਮ ਤੱਕ ਭੁਪਿੰਦਰ ਸਿੰਘ ਲਵਲੀ ਅਤੇ ਸਤਿ ਸ਼੍ਰੀ ਅਕਾਲ ਪਾਕਿਸਤਾਨ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਪਾਕਿਸਤਾਨ